ਬੱਚੇ ਦੀ ਤੂੰ ਅੱਜ ਪਿਆਸ ਬੁਝਾਉਣ ਲੱਗਾ ਸਮਾਂ ਆਊਗਾ ਇਹ
ਬੱਚਾ ਦੂਜਿਆਂ ਦੀਆਂ ਲੋਕਾਂ ਦੀਆਂ ਪਿਆਸਾਂ ਬੁਝਾਇਆ ਕਰੂਗਾ। ਅੱਜ ਤੱਕ ਲਾ ਇਸ ਬੱਚੇ ਨੂੰ ਰੱਜ ਕੇ ਗੁਰੂ ਪਿਆਰੀ ਸਾਧ ਸੰਗ ਜੀਓ ਸਫ਼ਰ ਮੁਕਾਉਂਦੇ ਹੋਏ ਇਹ ਭਾਈ ਜੇਠਾ ਤੇ ਇਹਦੀ ਨਾਨੀ ਬਾਸਰ ਕੇ ਪਹੁੰਚ ਗਏ ਨੇ। ਬਾਸਰ ਕੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਪ੍ਰਕਾਸ਼ ਬਾਸਰ ਕੇ ਵਿੱਚ ਹੋਇਆ। 1546 ਵਿੱਚ ਇਹ ਜੇਠਾ ਆਪਣੇ ਨਾਨਕੇ ਆ ਗਿਆ। 1546 ਵਿੱਚ ਗੁਰੂ ਅਮਰਦਾਸ ਮਹਾਰਾਜ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਕੋਲ ਪਹੁੰਚਦੇ ਨੇ। ਇੱਕ ਸਾਲ ਪਿੰਡ ਵਿੱਚ ਰਹੇ ਤੇ ਪਿੰਡ ਦਾ ਦੁੱਧ ਆਇਆ। ਉਦੋਂ ਇਹ ਪਿੰਡ ਬਹੁਤਾ ਤਕੜਾ ਨਹੀਂ ਸੀ, ਅੱਧੇ ਕੁ ਘਰ ਜੱਟਾਂ ਦੇ ਸੀ, ਕੁਝ ਕੁ ਖੱਤਰੀਆਂ ਦੇ ਸੀ, ਛੋਟਾ ਪਿੰਡ ਸੀਗਾ। ਸਾਡੇ ਵੀ ਇੱਦਾਂ ਪਿੰਡਾਂ 'ਚ ਕੋਈ ਹੋ ਜੇ ਨਾ ਤੇ ਸਾਰਿਆਂ ਨੂੰ ਪਤਾ ਲੱਗ ਜਾਂਦਾ ਇਹ ਦੋਤਰਾ ਵਿਚਾਰਾ, ਇਹਦਾ ਮਾਂ ਵੀ ਨਹੀਂ, ਇਹਦਾ ਪਿਓ ਵੀ ਨਹੀਂ, ਸਾਰੇ ਹਿਰਖ ਮੱਠਾ ਕਰਨ ਜਾਂਦੇ ਨੇ। ਸੁਭਾਵਕ ਹੈ ਇਹ ਬਾਬਾ ਅਮਰਦਾਸ ਵੀ ਗਏ ਹੋਣਗੇ, ਕਿਉਂਕਿ ਬਾਸਰ ਕੇ ਪਿੰਡ ਆ। ਜਦੋਂ ਪਤਾ ਲੱਗਾ ਪਿੰਡ ਦਾ ਦੁੱਧ ਆਇਆ, ਇਹਦੀ ਮਾਂ ਵੀ ਨਹੀਂ ਤੇ ਇਹਦਾ ਪਿਓ ਵੀ ਨਹੀਂ, ਆ ਕੇ ਪਿਆਰ ਕੀਤਾ ਤੇ ਗੁਰੂ ਪਿਆਰੀ ਸਾਧ ਸੰਗਤ ਜੀਓ ਸਮਾਂ ਆਪਣੀ ਚਾਲੇ ਚੱਲਦਾ ਗਿਆ। ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਕੋਲ ਗੁਰੂ ਅਮਰਦਾਸ ਮਹਾਰਾਜ ਜੀ ਪਹੁੰਚੇ, ਗੁਰਤਾ ਗੱਦੀ ਤੇ ਸੁਭਾਇਮਾਨ ਹੋ ਗਏ। ਜੇਠੇ ਦੀ ਉਮਰ 12 ਸਾਲ ਹੋਈ। ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸਾਹਮਣੇ ਜਦੋਂ ਭਾਈ ਗੁਰਦੇ ਨੇ ਬੇਨਤੀ ਕੀਤੀ, ਮਹਾਰਾਜ ਗੋਇੰਦਵਾਲ ਵਸਾਓ, ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਹੁਕਮ ਕੀਤਾ ਬਾਬੇ ਅਮਰਦਾਸ ਜੀ ਨੂੰ ਗੋਇੰਦਵਾਲ ਵਸਾਓ। ਉੱਥੇ ਬਾਬੇ ਅਮਰਦਾਸ ਮਹਾਰਾਜ ਜੀ ਨੇ ਗੋਇੰਦਵਾਲ ਵਸਾਇਆ, ਸੇਵਾ ਕਰ ਰਹੇ। ਭਾਈ ਜੇਠਾ ਵੀ ਉੱਥੇ ਆ ਗਿਆ 12 ਸਾਲ ਦੀ ਉਮਰ 'ਚ। ਇੱਥੇ ਹੀ ਨਾਨੀ ਨੂੰ ਕਹਿਣ ਲੱਗਾ, ਨਾਨੀ ਆਪਾਂ ਇੱਥੇ ਘੁੰਮਣੀਆਂ ਵੇਚਾਂਗੇ, ਇੱਥੇ ਗੁਜ਼ਾਰਾ ਕਰਾਂਗੇ। ਸਮਾਂ ਆਪਣੀ ਚਾਲੇ ਚੱਲਦਾ ਗਿਆ। 1552 ਵਿੱਚ ਗੁਰੂ ਅਮਰਦਾਸ ਮਹਾਰਾਜ ਗੁਰਤਾ ਗੱਦੀ ਤੇ ਸੁਭਾਇਮਾਨ, ਇੱਕ ਸਾਲ ਮਗਰੋਂ। ਉਦੋਂ ਭਾਈ ਜੇਠੇ ਦੀ ਉਮਰ 19 ਸਾਲ ਹੋ ਚੁੱਕੀ ਹੈ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਮਹਿਲ ਬੇਨਤੀ ਕੀਤੀ ਕਿ ਸਾਡੀ ਧੀ ਬੀਬੀ ਭਾਨੀ ਵਿਆਹ ਦੇ ਕਾਬਿਲ ਹੋ ਚੁੱਕੀ ਹੈ, ਇਹਦਾ ਯੋਗ ਵਾਰ ਵੇਖ ਕੇ ਵਿਆਹ ਕਰ ਦੇਣਾ ਚਾਹੀਦਾ। ਤੇ ਸਿੱਖਾਂ ਨੇ ਗੁਰੂ ਅਮਰਦਾਸ ਮਹਾਰਾਜ ਜੀ ਸਿੱਖਾਂ ਨੂੰ ਕਹਿੰਦੇ, ਜਾਓ ਬੀਬੀ ਭਾਨੀ ਵਾਸਤੇ ਵਰ ਲੱਭ ਕੇ ਲਿਆਓ। ਤੇ ਜਦੋਂ ਵਰ ਲੱਭਣ ਵਾਸਤੇ ਤੁਰਨ ਲੱਗੇ, ਮਾਤਾ ਜੀ ਕਹਿਣ ਲੱਗੇ, ਗੱਲ ਸੁਣੋ, ਵਰ ਲੱਭਣ ਤੇ ਚੱਲੇ ਹੋ ਪਰ ਉਸ ਤਰ੍ਹਾਂ ਦਾ ਹੋਵੇ ਜਿਸ ਤਰ੍ਹਾਂ ਦਾ ਉਹ ਸਾਹਮਣੇ ਬੱਚਾ ਘੁੰਗਣੀਆਂ ਵੇਚ ਰਿਹਾ, ਸੋਹਣਾ ਬੜਾ ਸੀ, ਮੁਖੜਾ ਹਸੂ ਹਸੂ ਕਰਦਾ ਸੀ। ਜਦੋਂ ਜਾਣ ਲੱਗੇ ਨਾ, ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਆ ਜਾਓ ਭਾਈ, ਏਦਾਂ ਦਾ ਰੱਬ ਨੇ ਇਹੀ ਬਣਾਇਆ ਆ, ਇਹਦੇ ਵਰਗਾ ਕੋਈ ਹੋਰ ਦੂਜਾ ਨਹੀਂ ਆ, ਆਪਾਂ ਇਹਨੂੰ ਕੁਝ ਪੁੱਛ ਲੈਂਦੇ, ਪੁੱਛਣਾ ਕੀ ਸੀ, ਸਾਰਾ ਕੁਝ ਤੇ ਜਾਣਦੇ ਸੀ। ਤੇ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਭਾਈ ਜੇਠੇ ਨੂੰ ਕੋਲ ਬੁਲਾਇਆ, ਕੋਈ ਗੱਲਬਾਤ ਕੀਤੀ, ਉਸ ਸਮੇਂ ਦਾ ਸੀਨ ਕਵੀ ਸ਼ਰ ਜੋਗਾ ਸਿੰਘ ਜੋਗੀ ਇਉਂ ਲਿਖਦੇ ਨੇ, ਬੜੇ ਪਿਆਰ ਨਾਲ ਸੁਣੋ। ਵੇਖਿਆ ਸਤਿਗੁਰ ਜੀ ਨੇ ਜੇਠਾ ਵੇਚੇ ਨਿਰਾਲੀ, ਦੇਖਾ ਨਗ ਨੂਰਾਨੀ ਚਿਹਰਾ ਡਲਕਾ ਮਾ।
ਜੀ ਨੇ ਭਾਈ ਜੇਠੇ ਨੂੰ ਕੋਲ ਬੁਲਾਇਆ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਬੀਬੀ ਭਾਨੀ ਦਾ ਵਿਆਹ ਭਾਈ ਜੇਠੇ ਨਾਲ ਕਰ ਦਿੱਤਾ। ਇਹ ਜੇਠਾ ਜੀ ਹੁਣ ਸਹੁਰਿਆਂ ਘਰ ਹੀ ਰਹਿ ਰਹੇ ਨੇ, ਇੱਥੇ ਹੀ ਸੇਵਾ ਕਰ ਰਹੇ ਨੇ, ਲੰਗਰ ਵਰਤਾ ਰਹੇ ਨੇ, ਬੋਹੜੀ ਸਾਹਿਬ ਦੀ ਸੇਵਾ ਕਰ ਰਹੇ ਨੇ, ਸੰਗਤਾਂ ਦੇ ਜੋੜੇ ਝਾੜ ਰਹੇ ਨੇ, ਤੱਪੜ ਵਿਛਾ ਰਹੇ ਨੇ। ਪਰ ਜਵਾਈ ਹੋਣ ਦਾ ਅਹਿਸਾਸ ਨਹੀਂ ਕਰਾ ਰਹੇ। ਅੱਜ ਕੱਲ ਦਾ ਮੁੰਡਾ ਸਹੁਰੇ ਘਰ ਜਾਣਾ ਹੋਵੇ ਨਾ, ਪਹਿਲਾਂ ਚਾਰ ਚਾਰ ਘੰਟੇ ਤੇ ਪੱਗ ਬੰਨਦਾ ਹੀ ਲਾ ਦਿੰਦਾ, ਜਦੋਂ ਪੱਗ ਬੰਨ ਕੇ ਫਿਰ ਸਹੁਰਿਆਂ ਦੇ ਕੋਲ ਜਾਂਦਾ ਨਾ, ਸਹੁਰਿਆਂ ਦੇ ਘਰ ਤੋਂ ਥੋੜੀ ਦੂਰ ਸਕੂਟਰ ਰੋਕ ਦਿੰਦਾ, ਗੱਡੀ ਰੋਕ ਦਿੰਦਾ। ਲੋਕੀ ਪੁੱਛਦੇ ਕੌਣ ਆ ਵੀਰੇ, ਕਿਹਨੂੰ ਲੱਭਦਾ? ਤੁਹਾਨੂੰ ਨੀ ਪਤਾ ਮੈਂ ਇਸ ਪਿੰਡ ਦਾ ਜਵਾਈ ਆ। ਜਵਾਈ ਬਣ ਨੂੰ ਨੀ ਹਟਦਾ ਛਿੱਤਰ ਭਾਵੇਂ ਰੋਜ਼, ਪਰ ਦੇਖੋ ਜੇਠਾ ਸਹੁਰਿਆਂ ਦੇ ਘਰ ਰਹਿ ਰਿਹਾ, ਬੜੀ ਸੇਵਾ ਕਰ ਰਿਹਾ। ਇੱਕ ਦਿਨ ਕੀ ਹੋਇਆ ਕਿ ਇਹਦੇ ਚਾਚੇ ਤਾਏ ਲਾਹੌਰੋਂ ਤੁਰੇ ਸਨ, ਹਰਿਦੁਆਰ ਨੂੰ ਜਾ ਰਹੇ ਸਨ। ਇਹਨਾਂ ਨੂੰ ਜਦੋਂ ਪਤਾ ਲੱਗਾ ਨਾ ਕਿ ਭਾਈ ਜੇਠੇ ਦਾ ਵਿਆਹ ਗੁਰੂ ਅਮਰਦਾਸ ਮਹਾਰਾਜ ਜੀ ਦੀ ਬੇਟੀ ਨਾਲ ਹੋਇਆ, ਇਹਨਾਂ ਨੇ ਸੋਚਿਆ ਵੀ ਜਾਂਦੇ ਜਾਂਦੇ ਰਾਤ ਰਵਾਂਗੇ ਗੋਇੰਦਵਾਲ ਸਾਹਿਬ, ਇੱਥੇ ਸਾਡੀ ਬੜੀ ਸੇਵਾ ਹੋਏਗੀ, ਸਾਡਾ ਭਤੀਜਾ ਵਿਆਹਿਆ ਤੇ ਸਾਡੇ ਕੁੜਮ ਨੇ ਸਾਡੀ ਸੇਵਾ ਕਰਨਗੇ। ਜਦੋਂ ਇਹ ਆਏ ਇਹਨਾਂ ਨੇ ਦੇਖਿਆ ਇਹਨਾਂ ਦਾ ਭਤੀਜਾ ਤੇ ਜੁੱਥੇ ਭਾਂਡੇ ਮਾਂਜ ਰਿਹਾ, ਲੰਗਰ ਵਰਤਾ ਰਿਹਾ, ਤੱਪੜ ਝਾੜ ਰਿਹਾ, ਸਿਰ ਤੇ ਟੋਕਰੀ ਚੁੱਕ ਕੇ ਮਿੱਟੀ ਧੋ ਰਿਹਾ, ਅੱਗ ਲੱਗ ਗਈ ਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮਿਹਣੇ ਦੇਣ ਲੱਗੇ। ਉਸ ਸਮੇਂ ਦਾ ਸੀਨ ਕਵੀ ਨੇ ਇਉਂ ਲਿਖਿਆ, ਬੜੇ ਪਿਆਰ ਨਾਲ ਸੁਣੋ ਜੀ। ਸਬਜ਼ੀ ਰਿੱਝ ਰਹੀ ਹੈ, ਕੜਾ ਬਣ ਰਿਹਾ, ਲੋਹਾਂ ਤਪਦੀਆਂ ਤੇ ਫੁਲਕੇ ਪੱਕ ਰਹੇ ਨੇ, ਨਰਮ ਨਰਮ ਫੁਲਕੇ, ਗਰਮ ਗਰਮ ਦਾਲਾਂ, ਲੰਗਰ ਵਿੱਚ ਬੈਠੇ ਲੋਕ ਛਕ ਰਹੇ ਨੇ। ਆ ਬਾਤ ਹੈ ਗੁਰੂ ਕੇ ਲੰਗਰਾਂ ਦੀ, ਇੱਕੋ ਥਾਂ ਪੰਡਤ ਮੁੱਲਾ ਭਾਈ ਬੈਠੇ, ਇਹ ਉਹ ਲੰਗਰ ਹੈ ਜਿਸ ਦੀ ਸੱਥ ਅੰਦਰ ਅਕਬਰ ਮਹਾਰਾਜੇ ਲਾਗੇ ਘਾਈ ਬੈਠੇ। ਸੱਚੇ ਪਾਤਸ਼ਾਹ ਜੀ ਨੇ ਜਾਤ ਪਾਤ ਨੂੰ ਮਿਟਾ ਕੇ ਇੱਕੋ ਬੌੜੀ ਦੇ ਵਿੱਚ ਸਾਰੇ ਇਸ਼ਨਾਨ ਕਰਦੇ ਨੇ, ਇੱਕੋ ਪੰਗਤ ਦੇ ਵਿੱਚ ਸਾਰੇ ਲੰਗਰ ਛਕਦੇ ਨੇ। ਅਕਬਰ ਬਾਦਸ਼ਾਹ ਵੀ ਉਸ ਪੰਗਤ ਵਿੱਚ ਬੈਠ ਕੇ ਕਾਈ ਦੇ ਨਾਲ ਬੈਠ ਕੇ ਲੰਗਰ ਛਕ ਕੇ ਗਿਆ। ਉਸ ਲੰਗਰ ਦੀ ਮਹਿਮਾ, ਸਭ ਜੀ ਰਿੱਝ ਰਹੀ ਹੈ, ਕੜਾ ਬਣ ਰਿਹਾ, ਲੋਹਾਂ ਤਪਦੀਆਂ ਤੇ ਫੁਲਕੇ ਪੱਕ ਰਹੇ ਨੇ, ਨਰਮ ਨਰਮ ਫੁਲਕੇ, ਗਰਮ ਗਰਮ ਦਾਲਾਂ, ਲੰਗਰ ਸਾਥੀ ਅੰਦਰ ਅਕਬਰ ਮਹਾਰਾਜ ਲਾਗੇ ਘਾਈ ਬੈਠੇ। ਊਚ
ਸਮਾਪਤੀ ਸਾਡੇ ਗੁਰੂ ਪਿਆਰੇ ਭਾਈ ਸਾਹਿਬ ਭਾਈ ਅਨੰਦ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਪਹੁੰਚ ਚੁੱਕੇ ਨੇ ਆਓ 2 ਮਿੰਟ ਦੀ ਕਵਿਤਾ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਜੇਠੇ ਦੇ ਚਾਚੇ ਤਾਇਆਂ ਦਾ ਕੀ ਜਵਾਬ ਦੇ ਰਹੇ ਨੇ ਬੜੇ ਪਿਆਰ ਨਾਲ ਸੁਣੋ ਕੌੜੇ ਬੋਲ ਸ਼ਰੀਕਾਂ ਦੇ ਰਹੇ ਸੁਣਦੇ ਤੀਜੇ ਪਾਤਸ਼ਾਹ ਬੜੇ ਸਾਰਿਆਂ ਨੇ ਹਾਜ਼ਰੀ ਲਵਾਉਣੀ ਜੀ ਬੋਲੇ